ਕੀ ਗਮਲੇ ਵਿੱਚ ਸਬਜ਼ੀ ਉਗ ਕਿਹੜੀ ਸਕਦੀ ਹੈ ਤੇ ਰਿਜ਼ਲਟ ਕਿਸ ਤਰ੍ਹਾਂ ਦੇ ਆਉਣਗੇ ਤਾਂ ਤੁਸੀਂ ਵੇਖੋ ਅਸੀਂ ਇੱਥੇ ਹਰੀਆਂ ਮਿਰਚਾਂ ਜਿਹੜੀਆਂ ਗਮਲੇ ਦੇ ਵਿੱਚ ਲਾਈਆਂ ਤੇ ਦੇਖ ਸਕਦੇ ਹੋ ਜੀ ਕਿੰਨੀ ਫਰੂਟਿੰਗ ਕਿੰਨੀਆਂ ਮਿਰਚਾਂ ਦੇ ਉੱਪਰ ਲੱਗੀਆਂ ਹੋਈਆਂ ਗਮਲਿਆਂ ਦੇ ਵਿੱਚ ਜਿਹੜਾ ਸ਼ਿਮਲਾ ਮਿਰਚਾਂ ਲਾਈਆਂ ਤੇ ਤੁਸੀਂ ਆ ਦੋਸਤੋ ਆਹ ਦੇਖੋ ਸ਼ਿਮਲਾ ਮਿਰਚ ਇਹ ਆਪਾਂ ਲਾ ਸਕਦੇ ਹਾਂ ਗੋਲ ਬੈਂਗਣੇ ਆਪਣੇ ਕੋ ਇੱਥੇ ਰਿਜ਼ਲਟ ਵੇਖੋ ਤੁਸੀਂ ਇੱਥੇ ਇੱਕ ਬੂਟਾ ਲਾਇਆ 12x12 12 ਇੰਚ ਦਾ Grow ਪੈ ਗਿਆ ਇੱਕ ਗੱਲ ਜ਼ਰੂਰੀ ਹੈ ਜੇ ਆਪਾਂ ਇਹਨੂੰ ਜਿਹੜਾ ਇਦਾਂ ਆਸਰਾ ਜ਼ਰੂਰ ਦੇ ਦੇਣਾ ਕਿਉਂਕਿ ਛਤੋਂ ਪਰ ਅਸੀਂ ਸਾਰਾ ਕੁਝ ਲਾਇਆ ਤੇਜ਼ ਹਵਾ ਚੱਲਦੀ ਆ ਤੇ ਟੁੱਟਣ ਦਾ ਡਰ ਹੁੰਦਾ ਹੈ ਬੂਟੇ ਦਾ ਜਦੋਂ ਫੜ ਲੱਗ ਜਾਂਦਾ ਇਹਨੂੰ ਤੇ ਦੋਸਤੋ ਦੇਖ ਸਕਦੇ ਹੋ ਕਿ ਖੇਤਾਂ ਵਿੱਚ ਬੂਟੇ ਬੰਨੇ ਟਮਾਟਰ ਨਹੀਂ ਹੁੰਦੇ ਜਿੰਨੇ ਅਸੀਂ ਆਪਣੇ ਗਮਲਿਆਂ ਦੇ ਵਿੱਚ ਲੱਗੇ ਬੂਟਿਆਂ ਤੋਂ ਤੁਹਾਨੂੰ ਦਿਖਾ ਰਹੇ ਆ ਤੇ ਤੁਸੀਂ ਜਿਹੜਾ ਫਰਕ ਦੇਖ ਸਕਦੇ ਹੋ ਮਾਰਕੀਟ ਦੀ ਸਬਜ਼ੀਆਂ ਲੈ ਕੇ ਆਉਂਦੇ ਹੋ ਤੇ ਤੁਸੀਂ ਦੇਖੋ ਸਬਜ਼ੀਆਂ ਰੈਫਰਿਜਰੇਟਰ ਵਿੱਚ ਵੀ 2 ਦਿਨ ਤੋਂ ਵੱਧ ਨਹੀਂ ਕੱਢਦੀਆਂ ਹੈਗੀਆਂ ਦੇਖੋ ਕੇਵਲ ਗਮਲੇ ਹੀ ਨਹੀਂ ਅਸੀਂ ਜਿਹੜਾ ਹੈ ਕਿਆਰੀਆਂ ਵੀ ਛੱਤ ਉੱਤੇ ਬਣਾਈਆਂ ਔਰ ਇੱਥੇ ਜਿਹੜੀਆਂ ਬੈਂਗਣੀਆਂ ਛੋਟੇ ਬੈਂਗਣ ਜਿਹੜੇ ਲੰਬੇ ਹੁੰਦੇ ਆ ਉਹ ਵੀ ਲੱਗੇ ਹੋਏ ਆ ਤਰੇਲੇ ਵੀ ਅਸੀਂ ਇਨ੍ਹਾਂ ਗਮਲਿਆਂ ਦੇ ਵਿੱਚ ਹੀ ਲਾਏ ਹੋਏ ਆ ਜਿਹੜੇ ਪੁਰਾਣੇ ਬਰਤਨ ਹੁੰਦੇ ਜਾਂ ਟੁੱਟ ਜਾਂਦੇ ਆ ਤੁਸੀਂ ਉਹਨਾਂ ਦਾ ਇਸਤੇਮਾਲ ਵੀ ਕਰ ਸਕਦੇ ਦੇਖੋ ਆ ਪਲਾਸਟਿਕ ਦਾ ਜਿਹੜਾ ਸਾਡੇ ਕੋਲ ਟੱਬ ਵਗੈਰਾ ਆਇਆ ਸੀ ਉਹ ਦਾ ਇਸਤੇਮਾਲ ਪੂਤਣਾ ਗਾਉਣ ਲਈ ਕੀਤਾ ਹੋਇਆ ਹੈ ਗਮਲਿਆਂ ਦੇ ਵਿੱਚ ਭਿੰਡੀਆਂ ਵੀ ਹੋ ਜਾਂਦੀਆਂ ਤੇ ਤੁਸੀਂ ਆ ਦੇਖੋ ਸਾਡੇ ਕੋ 10x22 10 ਇੰਚ ਦੇ ਸਾਡੇ ਕੋਈ ਗਰੋ ਬੈਗਸ ਨੇ ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਇੱਕ ਵਾਰ ਫੇਰ ਸਵਾਗਤ ਹੈ ਜੀ ਸਾਡੇ ਛੱਤ ਵਾਲੇ ਖੇਤ ਦੇ ਵਿੱਚ ਜੀ ਹਾਂ ਅਸੀਂ ਛੱਤ ਉੱਪਰ ਸਬਜ਼ੀਆਂ ਲਾਈਆਂ ਸੀ ਦਾ ਨਾਂ ਦਿੱਤਾ ਸਾਡਾ ਛੱਤ ਵਾਲਾ ਖੇਤ ਜੋ ਖੇਤਾਂ ਵਿੱਚੋਂ ਇਹ ਸਬਜ਼ੀਆਂ ਲੈ ਲੈਣੇ ਆ ਜੀ ਉਗਾ ਲੈਣੇ ਆ ਉਸੇ ਜ਼ਿਆਦਾਤਰ ਆਪਣੀ ਛੱਤ ਉੱਪਰ ਵੀ ਉਗਾ ਲੈਣੇ ਆ ਤੇ ਅੱਜ ਦੀ ਵੀਡੀਓ ਆਪਾਂ ਗੱਲ ਕਰਨੀ ਆ ਕਿ ਗਮਲਿਆਂ ਦੇ ਵਿੱਚ ਅਗਰ ਆਪਾਂ ਸਬਜ਼ੀਆਂ ਉਗਾਉਣੀਆਂ ਤੇ ਕਿਹੜੇ-ਕਿਹੜੇ ਉਗ ਜਾਂਦੀਆਂ ਨਾਲ ਤੁਹਾਨੂੰ ਅਸੀਂ ਰਿਜ਼ਲਟ ਵੀ ਦਿਖਾਉਣੇ ਆ ਕਿ ਜੇ ਅਸੀਂ ਗਮਲੇ ਸਬਜ਼ੀਆਂ ਲਾਈਆਂ ਤੇ ਇਹਦੇ ਰਿਜ਼ਲਟ ਕੀ ਹੈਗੇ ਆ ਇਹ ਕਿੰਨੀ ਮਾਤਰਾ ਦੇ ਸਬਜ਼ੀ ਆਪਾਂ ਨੂੰ ਇਹਦੇ ਵਿੱਚੋਂ ਮਿਲਦੀ ਹੈ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਜੀ ਮਿਰਚਾਂ ਦੀ ਤੁਸੀਂ ਆ ਵੇਖੋ ਸਾਡੇ ਕੋਲ 12x12 ਇੰਚ ਦਾ ਗਰੋ ਬੈਗ ਜਿਹਨੂੰ ਗਮਲਾ ਜਾਂ ਤਰਪਾਲ ਦਾ ਗਮਲਾ ਵੀ ਆਪਾਂ ਕਹਿ ਸਕਦੇ ਆ ਇਹਦੇ ਉੱਪਰ ਵੀ ਆਪਾਂ ਇੱਕ ਵੱਖਰੀ ਵੀਡੀਓ ਲੈ ਕੇ ਆਵਾਂਗੇ ਅੱਜ ਆਪਾਂ ਕੇਵਲ ਗੱਲ ਇਹ ਹੀ ਕਰਨੀ ਹੈ ਕਿ ਗਮਲਿਆਂ ਵਿੱਚ ਸਬਜ਼ੀ ਉਗ ਕਿਹੜੀ ਸਕਦੀ ਹੈ ਤੇ ਰਿਜ਼ਲਟ ਕਿਸ ਤਰ੍ਹਾਂ ਦੇ ਆਉਣਗੇ ਤੁਸੀਂ ਵੇਖੋ ਅਸੀਂ ਇੱਥੇ ਹਰੀਆਂ ਮਿਰਚਾਂ ਜਿਹੜੀਆਂ ਗਮਲੇ ਦੇ ਵਿੱਚ ਲਾਈਆਂ ਤੇ ਵੇਖ ਸਕਦੇ ਹੋ ਜੀ ਕਿੰਨੀ ਫਰੂਟਿੰਗ ਕਿੰਨੀਆਂ ਮਿਰਚਾਂ ਦੇ ਉੱਪਰ ਲੱਗੀਆਂ ਹੋਈਆਂ ਦੇਖੋ ਕਈ ਵਾਰ ਹੁੰਦਾ ਕਿ ਫਲਾਵਰਿੰਗ ਹੁੰਦੀ ਹੈ ਸਾਨੂੰ ਆਮ ਇੰਸਟਾਗ੍ਰam ਤੇ ਕੁਐਸਚਨ ਆਉਂਦੇ ਆ ਕਿ ਸਾਡੇ ਜਿਹੜੇ ਫਲਾਵਰਸ ਹੈ ਨਾ ਉਹ ਡਿੱਗ ਪੈਂਦੇ ਨੇ ਦੋਸਤੋ ਦੋ ਤਿੰਨ ਰੀਜ਼ਨ ਹੁੰਦੇ ਨੇ ਇੱਕ ਤੇ ਪਾਣੀ ਦੀ ਮਾਤਰਾ ਵੱਧ ਘੱਟ ਹੋ ਜਾਏ ਦੂਸਰੀ ਜੇ ਤੇਜ਼ ਹਵਾ ਚੱਲਦੀ ਹੈ ਔਰ ਸਭ ਤੋਂ ਵੱਡੀ ਗੱਲ ਕੀ ਹੁੰਦੀ ਆ ਕਿ ਜੇ ਤੁਹਾਡਾ ਬੂਟਾ ਸਿਹਤਮੰਦ ਨਹੀਂ ਤਾਂ ਫਲਾਵਰ ਡਿੱਗਣੇ ਹੀ ਡਿੱਗਣੇ ਆ ਸੋ ਆਪਾਂ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਦੀ ਅਸੀਂ ਮਿੱਟੀ ਦਾ ਇਸਤੇਮਾਲ ਕਰਦੇ ਆ ਕਿਹੜਾ ਅਸੀਂ ਇਹਦੇ ਵਿੱਚ ਫਰਟੀਲਾਈਜ਼ਰ ਪਾਉਨੇ ਆ ਹਨਾ ਕਿਹੜਾ ਅਸੀਂ ਪੈਸਟੀਸਾਈਡ ਇਸਤੇਮਾਲ ਕਰਦੇ ਪਹਿਲਾਂ ਆਪਾਂ ਗੱਲ ਕਰਦੇ ਆ ਕਿ ਗਮਲਿਆਂ ਵਿੱਚ ਸਾਡੇ ਕੋਲ ਇਸ ਵੇਲੇ ਕਿਹੜੀਆਂ ਸਬਜ਼ੀਆਂ ਲੱਗੀਆਂ ਕੀ ਉਹਨਾਂ ਦੇ ਨਤੀਜੇ ਹੈਗੇ ਆ ਜੇ ਆਪਾਂ ਅੱਗੇ ਚੱਲਦੇ ਆ ਤੁਸੀਂ ਅੱਗੇ ਦੇਖ ਸਕਦੇ ਹੋ ਅਸੀਂ ਗਮਲਿਆਂ ਦੇ ਵਿੱਚ ਜਿਹੜਾ ਸ਼ਿਮਲਾ ਮਿਰਚਾਂ ਲਾਈਆਂ ਤੇ ਤੁਸੀਂ ਆ ਦੋਸਤੋ ਆਹ ਦੇਖੋ ਸ਼ਿਮਲਾ ਮਿਰਚ ਤੇ ਇੱਥੇ ਤੁਹਾਨੂੰ ਮੈਂ ਦਿਖਾਉਣਾ ਆ ਮੈਂ ਹੁਣੇ ਤੋੜੀ ਆ ਇਹਦਾ ਤੁਸੀਂ ਦੇਖੋ ਸਾਈਜ਼ ਇਹਦੇ ਨਾਲੋ ਹੀ ਤੋੜਿਆ ਕੋਈ ਵੱਖਰੀ ਨਹੀਂ ਰੱਖੀ ਆ ਦੇਖੋ ਲੱਗੀ ਵੀ ਹੋਈ ਆ ਸੋ ਸ਼ਿਵਲਾ ਮਿਰਚ ਤੁਸੀਂ ਗਮਲੇ ਦੇ ਵਿੱਚ ਲਾ ਸਕਦੇ ਹੋ ਅੱਛਾ ਧਿਆਨ ਇੱਕ ਗੱਲ ਦਾ ਰੱਖਣਾ ਹੈ ਕਿ ਬੂਟਾ ਕੇਵਲ ਇੱਕ ਹੀ ਲਾਉਣਾ ਹੈ ਜਿਹੜਾ ਗਰੋ ਪੈ ਗਿਆ ਤਾਂ ਸਾਈਜ਼ 12x12 ਇੰਚ ਇਹਦੇ ਵਿੱਚ ਤੁਸੀਂ ਇੱਕ ਬੂਟਾ ਹੀ ਲਾਉਣਾ ਹੈ ਤੇ ਤਦ ਤੁਹਾਨੂੰ ਜਿਹੜੀ ਆ ਕੋਈ ਇਸ ਤਰ੍ਹਾਂ ਦੀ ਜਿਹੜੀ ਆ ਵਧੀਆ ਫਰੂਟਿੰਗ ਜਿਹੜੀ ਤੁਹਾਨੂੰ ਮਿਲਣੀ ਆ ਵਧੀਆ ਸਬਜ਼ੀ ਤੁਹਾਨੂੰ ਇਹਦੇ ਵਿੱਚੋਂ ਮਿਲਣੀ ਆ ਚਲੋ ਜੀ ਅੱਗੇ ਆਪਾਂ ਚੱਲਦੇ ਆ ਕਿ ਅਸੀਂ ਗਮਲਿਆਂ ਦੇ ਵਿੱਚ ਹੋਰ ਕੀ ਇੱਥੇ ਲਾਇਆ ਹੋਇਆ ਤੁਹਾਨੂੰ ਇਧਰ ਦਿਖਾਉਨੇ ਆ ਆ ਦੇਖੋ ਐਸ ਸਾਈਡ ਤੋਂ ਤੀਸਰੀ ਸਬਜੀ ਜਿਹੜੀ ਗਮਲਿਆਂ ਦੇ ਵਿੱਚ ਲਾਈ ਜਾ ਸਕਦੀ ਉਹ ਹੈਗੀ ਜੀ ਬਤਾਉ ਜਾਂ ਤੁਸੀਂ ਬੈਂਗਣ ਕਹਿ ਲਓ ਇਹ ਆਪਾਂ ਲਾ ਸਕਦੇ ਆ ਗੋਲ ਬੈਂਗਣੇ ਆਪਣੇ ਕੋ ਇੱਥੇ ਰਿਜ਼ਲਟ ਵੇਖੋ ਤੁਸੀਂ ਇੱਥੇ ਇੱਕ ਬੁੱਟਾ ਲਾਇਆ 12x12 ਇੰਚ ਦਾ ਗrow ਪੈ ਗਿਆ ਇੱਕ ਗੱਲ ਜ਼ਰੂਰ ਆ ਕਿ ਆਪਾਂ ਇਹਨੂੰ ਜੜਾਈ ਦਾ ਆਸਰਾ ਜ਼ਰੂਰ ਦੇ ਦੇਣਾ ਕਿਉਂਕਿ ਛੱਤ ਉੱਪਰ ਅਸੀਂ ਸਾਰਾ ਕੁਝ ਲਾਇਆ ਤੇਜ਼ ਹਵਾ ਚੱਲਦੀ ਹੈ ਤੇ ਟੁੱਟਣ ਦਾ ਡਰ ਹੁੰਦਾ ਹੈ ਬੂਟੇ ਦਾ ਜਦੋਂ ਫਲ ਲੱਗ ਜਾਂਦਾ ਇਹਨੂੰ ਤੇ ਤੁਸੀਂ ਦੇਖ ਸਕਦੇ ਹੋ ਅਸੀਂ ਜਿਹੜੇ ਬੈਂਗਣੇ ਹਰ ਪ੍ਰਕਾਰ ਦੇ ਲਾਏ ਨੇ ਚਿੱਟੇ ਬੈਂਗਣ ਵੀ ਸਾਡੇ ਕੋਲ ਫਰੂਟਿੰਗ ਦੇਖੋ ਦੋਸਤੋ ਕਿਉਂਕਿ ਤੁਹਾਨੂੰ ਅਸੀਂ ਨਤੀਜੇ ਵੀ ਨਾਲੋਂ ਨਾਲ ਹੀ ਦਿਖਾਉਣੇ ਆ ਕਿ ਕੇਵਲ ਬੂਟੇ ਨਹੀਂ ਲਾਉਂਦੇ ਦਿਖਾਇਆ ਕਿ ਅਸੀਂ ਪੈਦਾਵਾਰ ਵੀ ਇਹਦੇ ਵਿੱਚੋਂ ਕੀਤੀ ਆ ਤੇ ਤੁਸੀਂ ਦੇਖ ਸਕਦੇ ਹੋ ਕਿ ਬੈਂਗਣਾ ਦਾ ਭਰੇ ਆ ਪੂਰੀ ਜਿਹੜੇ ਫੁੱਲ ਲੱਗੇ ਆ ਤਕਰੀਬਨ ਜਿਹੜੇ ਸਾਰੇ ਹੀ ਇਹ ਫਰੂਟਿੰਗ ਵਿੱਚ ਕਨਵਰਟ ਹੋ ਜਾਣੇ ਆ ਅਗਲੀ ਸਬਜੀ ਜੀ ਸਾਡੇ ਕੋਲ ਜਿਹੜੀ ਛੱਤ ਉੱਪਰ ਹੈਗੀ ਆ ਉਹ ਕਿ ਟਮਾਟਰ ਸਾਹਮਣੇ ਦੋ ਗਰੋ ਬੈਗ ਪਏ ਨੇ ਉਸ ਤਰ੍ਹਾਂ ਸਾਡੇ ਕੋਲ ਤਕਰੀਬਨ ਜਿਹੜੇ 15-20 ਗਰੋ ਬੈਗਸ ਨੇ ਟਮਾਟਰ ਦੇ ਸਾਰੇ ਭਰੇ ਅਸੀਂ ਇੱਕ ਵਾਰ ਤੋੜ ਚੁੱਕੇ ਆ ਤੇ ਦੋਸਤੋ ਦੇਖ ਸਕਦੇ ਹੋ ਕਿ ਖੇਤਾਂ ਵਿੱਚ ਬੂਟੇ ਨੂੰ ਇਹਨੇ ਟਮਾਟਰ ਨਹੀਂ ਹੁੰਦੇ ਜਿੰਨੇ ਅਸੀਂ ਆਪਣੇ ਗਮਲਿਆਂ ਦੇ ਵਿੱਚ ਲੱਗੇ ਬੂਟਿਆਂ ਤੋਂ ਤੁਹਾਨੂੰ ਦਿਖਾ ਰਹੇ ਆ ਤੇ 12x12 ਇੰਚ ਦਾ ਹੀ ਇਹ ਗਰੋ ਬੈਗ ਹੈ ਜਿਹਦੇ ਵਿੱਚ ਟਮਾਟਰ ਲੱਗੇ ਨੇ ਪਰ ਫਿਰ ਉਹੀ ਗੱਲ ਦੋਸਤੋ ਕਿ ਤੁਸੀਂ ਇਹਨੂੰ ਆਸਰਾ ਜਰੂਰ ਦੇਣਾ ਬੰਨਣਾ ਜਰੂਰ ਆ ਆ ਸਾਡੇ ਟਮਾਟਰ ਜੇ ਪੁਰਾਣੇ ਹੈਗੇ ਆ ਤੇ ਤੁਸੀਂ ਜਿਹੜਾ ਫਰਕ ਦੇਖ ਸਕਦੇ ਹੋ ਅੱਛਾ ਮੈਂ ਤੁਹਾਡਾ ਇੱਕ ਗੱਲ ਹੋਰ ਸ਼ੇਅਰ ਕਰਨੀ ਆ ਕਿ ਤੁਸੀਂ ਸਬਜ਼ੀਆਂ ਮਾਰਕੀਟ ਤੋਂ ਲੈ ਕੇ ਆਉਂਦੇ ਹੋ ਕੰਪੈਰੀਜ਼ਨ ਕਰਕੇ ਅਸੀਂ ਦੇਖਿਆ ਕਿ ਇਹਨਾਂ ਸਬਜ਼ੀਆਂ ਨੂੰ ਅਸੀਂ ਦੋਸਤੋ ਬਾਹਰ ਰੱਖ ਕੇ ਦੇਖਿਆ तकरीबन ਹਫਤਾ ਹਫਤਾ ਇਹ ਸਬਜ਼ੀਆਂ ਖਰਾਬ ਨਹੀਂ ਹੁੰਦੀ ਕਿਉਂਕਿ ਇਹਨਾਂ ਤੇ ਕੋਈ ਵੀ ਹਾਨੀਕਾਰਕ ਪੈਸਟਿਸਾਈਡ ਜਾਂ ਕੋਈ ਸਪਰੇ ਨਹੀਂ ਹੁੰਦੀ ਪਰ ਮਾਰਕੀਟ ਦੀ ਸਬਜ਼ੀਆਂ ਲੈ ਕੇ ਆਉਂਦੇ ਹੋ ਤੇ ਤੁਸੀਂ ਦੇਖੋ ਸਬਜ਼ੀਆਂ ਰੈਫਰਿਜਰੇਟਰ ਵਿੱਚ ਵੀ 2 ਦਿਨ ਤੋਂ ਵੱਧ ਨਹੀਂ ਕੱਢਦੀਆਂ ਹੈਗੀਆਂ ਇਹਨਾਂ ਫਰਕ ਹੁੰਦਾ ਤਾਂ ਤੁਸੀਂ ਗੈਸ ਲਾ ਸਕਦੇ ਹੋ ਕਿ ਸਾਡੇ ਅੰਦਰ ਜਾ ਕੇ ਕੀ ਅਸਰ ਕਰਦੀਆਂ ਹੋਣਗੀਆਂ ਸੋ ਸਾਡੀ ਕੋਸ਼ਿਸ਼ ਹੁੰਦੀ ਹੈ ਵੀਡੀਓ ਸਰਾਹੀ ਹਮੇਸ਼ਾ ਹੀ ਕਿ ਦਿਖਾਇਆ ਜਾਏ ਕਿ ਸਬਜ਼ੀਆਂ ਆਪਾਂ ਆਪ ਵੀ ਘਰ ਚੁਗਾ ਸਕਦੇ ਆ ਜੇ ਸਾਡੇ ਕੋਲੇ ਜਗ੍ਹਾ ਹੈਗੀ ਆ ਨਾ ਉੱਤੇ ਬਹੁਤ ਵਧੀਆ ਜੀ ਨਹੀਂ ਜਗ੍ਹਾ ਹੈਗੀ ਛੱਤ ਆਪਣੇ ਕੋਲ ਹੈਗੀ ਆ ਤੇ ਸਾਡੇ ਵਾਂਗ ਤੁਸੀਂ ਇਸ ਤਰ੍ਹਾਂ ਛੱਤ ਉੱਪਰ ਗਾਰਡਨ ਬਣਾ ਸਕਦੇ ਹੋ ਦੇਖੋ ਕੇਵਲ ਗਮਲੇ ਹੀ ਨਹੀਂ ਅਸੀਂ ਜਿਹੜਾ ਆ ਇਹ ਕਿਆਰੀਆਂ ਵੀ ਛਤ ਵਰ ਬਣਾਈਆਂ ਔਰ ਇੱਥੇ ਜਿਹੜੀਆਂ ਬੈਂਗਣੀਆਂ ਛੋਟੇ ਬੈਂਗ ਜਿਹੜੇ ਲੰਬੇ ਹੁੰਦੇ ਆ ਉਹ ਵੀ ਲੱਗੇ ਹੋਏ ਆ ਤੇ ਵਿੱਚ ਵਿੱਚ ਅਸੀਂ ਕੁਝ ਪਿਆਜ਼ ਵੀ ਇੱਥੇ ਲਾਏ ਹੋਏ ਨੇ ਜਿਹੜੀ ਅਗਲੀ ਸਬਜ਼ੀ ਅਸੀਂ ਗਮਲੇ ਵਿੱਚ ਲਾਈ ਹੈਗੀ ਆ ਜੀ ਉਹ ਹੈਗੀ ਆ ਜ਼ੁਕੀਨੀ ਤੁਸੀਂ ਆ ਦੇਖ ਸਕਦੇ ਸਾਡੇ ਕੋਲ ਛੋਟੇ ਛੋਟੇ ਜਿਹੜੇ ਗਰੋ ਬੈਗ ਨੇ ਇਹਦੇ ਵਿੱਚ ਜ਼ੁਕੀਨੀ ਦੇਖੋ ਲੱਗੀ ਹੋਈ ਆ ਤਾਂ ਤੁਸੀਂ ਜ਼ੁਕੀਨੀ ਵੀ ਲਾ ਸਕਦੇ ਹੋ ਬਾਕੀ ਅਪ੍ਰੈਲ ਮਈ ਦੇ ਵਿੱਚ ਇਹ ਵੀ ਸਬਜ਼ੀ ਜਿਹੜੀ ਲਾਈ ਜਾ ਸਕਦੀ ਹੈ ਜੇ ਵੀ ਟਾਈਮ ਹੈਗਾ ਤੁਸੀਂ ਇਹਨੂੰ ਲਾ ਸਕਦੇ ਹੋ ਜਿਹੜੀ ਅਗਲੀ ਸਬਜ਼ੀ ਅਸੀਂ ਆਪਣੀ ਛੱਤ ਉੱਪਰ ਗਮਲੇ ਦੇ ਵਿੱਚ ਲਾਈ ਆ ਜੀ ਉਹ ਹੈਗੀਆਂ ਬੱਲਾਂ ਵਾਲੀਆਂ ਸਬਜ਼ੀਆਂ ਕੱਦੂ ਲੌਕੀ ਵਗੈਰਾ ਹੀਆਂ ਇੱਥੇ ਹੀ ਇੰਨਾ ਹੀ ਗਮਲਿਆਂ ਵਿੱਚ ਲਾਈਆਂ ਆ ਆ ਦੇਖੋ ਇਹ ਸਾਡੇ ਕੋਲ 18/18 ਇੰਚ ਦਾ ਸਾਈਜ਼ ਦਾ ਜੀ ਗਰੋਅ ਪੈ ਗਿਆ ਇਹਦੇ ਵਿੱਚ ਅਸੀਂ ਜਿਹੜੀ ਲੌਕੀ ਦੀਆਂ ਦੋ ਬੱਲਾਂ ਲਾਈਆਂ ਸੋ ਤੁਸੀਂ ਦੋ ਬੱਲਾਂ ਲਾ ਸਕਦੇ ਹੋ ਇਦੇ ਵਾਸਤੇ ਦੋਸਤੋ ਵੱਡੇ ਗਮਲੇ ਕਿਉਂ ਚਾਹੀਦੇ ਕਿਉਂ ਇਹਨਾਂ ਦੀ ਜੜਾਂ ਜਿਹੜੀਆਂ ਜਿੰਨੇ ਵੀ ਹੁੰਦੀਆਂ ਨੇ ਵੇਲਾ ਵਾਲੀਆਂ ਸਬਜ਼ੀਆਂ ਇਹਦੀ ਜੜ ਉਹ ਥੱਲੇ ਤੱਕ ਜਾਂਦੀ ਹੈ ਸੋ ਕੋਸ਼ਿਸ਼ ਕਰੀ ਦੀ ਇਹਦਾ ਗਮਲਾ ਵੱਡਾ ਹੋਵੇ ਤੁਸੀਂ ਦੂਸਰਾ ਸਾਡਾ ਗਮਲਾ ਦੇਖ ਸਕਦੇ ਹੋ ਜਿਸसे ਅਸੀਂ ਕੱਦੂ ਦੀ ਵੇਲ ਲਾਈ ਹੈ ਇਹਦਾ ਸਾਈਜ਼ ਜਿਹੜਾ ਸਾਡੇ ਕੋਲ 15x15 ਇੰਚ ਦਾ ਹੈਗਾ ਤੁਸੀਂ 12x12 ਇੰਚ ਤੋਂ ਉੱਪਰ ਹੀ ਸਾਈਜ਼ ਰੱਖਣਾ ਬਾਕੀ ਮਿਰਚਾਂ ਜਾਂ ਹੋਰ ਚੀਜ਼ਾਂ ਜਿੱਦਾਂ ਸ਼ਿਮਲਾ ਮਿਰਚ ਤੁਹਾਨੂੰ ਦਿਖਾਈ ਉਹ ਤੁਸੀਂ 12x12 ਇੰਚ ਦੇ ਗਮਲੇ ਦੇ ਵਿੱਚ ਲਾਉਣੀ ਆ ਤੇ ਦੋਸਤੋ ਰਿਜ਼ਲਟ ਤੁਸੀਂ ਦੇਖ ਸਕਦੇ ਹੋ ਦੇਖੋ ਲੋਕੀਆਂ ਲੱਗਣੀਆਂ ਸ਼ੁਰੂ ਹੋ ਚੁੱਕੀਆਂ ਸੋ ਵੱਡੇ ਗਮਲੇ ਦੇ ਵਿੱਚ ਤੁਸੀਂ ਲੋਕੀਆਂ ਵੀ ਉਗਾ ਸਕਦੇ ਹੋ ਜਿਹੜੀ ਅਗਲੀ ਸਬਜ਼ੀ ਦੀ ਆਪਾਂ ਗੱਲ ਕਰਨ ਲੱਗੇ ਹਾਂਗੇ ਕਰੇਲੇ ਜੀ ਆ ਦੇਖੋ ਕਰੇਲੇ ਵੀ ਅਸੀਂ ਇਨ੍ਹਾਂ ਗਮਲਿਆਂ ਦੇ ਵਿੱਚ ਹੀ ਲਾਏ ਹੋਏ ਆ ਤੇ ਦੋਸਤੋ ਤੁਸੀਂ ਕਰੇਲਿਆਂ ਦੀ ਗਰੋਥ ਦੇਖ ਸਕਦੇ ਹੋ ਕਿ ਤਕਰੀਬਨ ਜਿਹੜਾ ਸਾਨੂੰ 1 ਮਹੀਨੇ ਤੱਕ ਜਿਹੜੇ ਕਰੇਲੇ ਮਿਲਣੇ ਸ਼ੁਰੂ ਹੋ ਜਾਣੇ ਆ ਤੇ ਇਸ ਤਰ੍ਹਾਂ ਦੇ ਹੀ ਸਾਡੇ ਕੋਲ ਇਹ ਹਰੇ ਗਰੋ ਬੈਗਸ ਆ ਇਹਦੇ ਵਿੱਚ ਅਲੱਗ-ਅਲੱਗ ਸਾਈਜ਼ ਸਾਡੇ ਕੋਲ ਹੈਗੇ ਆ 12x12 ਇੰਚ ਹੈ ਔਰ ਦੋਸਤੋ 24x12 ਇੰਚ ਦਾ ਸਾਡੇ ਗਰੋ ਬੈਗ ਹੈਗਾ 18x18 ਇੰਚ ਦਾ ਹੈਗਾ ਜਿਆਦਾਤਰ ਅਸੀਂ ਜਿਹੜੇ ਇਹਦੇ ਵਿੱਚ Karele ਹੀ ਲਾਉਂਦੇ ਹਾਂ ਤਾਂ ਤੁਸੀਂ ਇਹਦੀ ਗਮਲਿਆਂ ਵਿੱਚ ਗਰੋਥ ਵੇਖ ਸਕਦੇ ਹੋ ਦੋਸਤੋ ਪੂਤਨਾ ਤੇ ਹਰ ਘਰ ਦੇ ਵਿੱਚ ਹੋਣਾ ਹੀ ਚਾਹੀਦਾ ਸੋ ਤੁਸੀਂ ਗਮਲਿਆਂ ਦੇ ਵਿੱਚ ਪੂਤਨਾ ਵੀ ਲਾ ਸਕਦੇ ਹੋ ਦੇਖੋ ਕਿੰਨੀ ਵਧੀਆ ਗਰੋਥ ਇਹਦੀ ਹੈਗੀ ਆ ਠੀਕ ਹੈ ਅਸੀਂ ਆਪਣੇ ਮੋਟਰਾਂ ਤੇ ਜਾਂ ਜ਼ਮੀਨ ਦੇ ਵਿੱਚ ਬੱਟਾ ਗੰਡੇ ਤੇ ਲਾਇਆ ਹੀ ਹੁੰਦਾ ਪਰ ਘਰ ਦੇ ਵਿੱਚ ਪੂਤਨਾ ਉਗਾਇਆ ਜਾ ਸਕਦਾ ਜੇ ਗ੍ਰੋ ਬੈਗ ਨਹੀਂ ਕੋਲ ਸਾਡੇ ਕੋਲ ਜਿਹੜੇ ਪੁਰਾਣੇ ਬਰਤਨ ਹੁੰਦੇ ਜਾਂ ਟੁੱਟ ਜਾਂਦੇ ਆ ਤੁਸੀਂ ਉਹਨਾਂ ਦਾ ਇਸਤੇਮਾਲ ਵੀ ਕਰ ਸਕਦੇ ਦੇਖੋ ਆ ਪਲਾਸਟਿਕ ਦਾ ਜਿਹੜਾ ਸਾਡੇ ਕੋਲ ਟੱਬ ਵਗੈਰਾ ਆਇਆ ਸੀ ਉਹਦਾ ਇਸਤੇਮਾਲ ਪੂਤਨਾਗਾਉਣ ਲਈ ਕੀਤਾ ਹੋਇਆ ਹੈ ਜਿਹੜੀ ਅਗਲੀ ਸਬਜ਼ੀ ਤੁਸੀਂ ਗਮਲਿਆਂ ਦੇ ਵਿੱਚ ਉਗਾ ਸਕਦੇ ਹੋ ਆਪਣੇ ਖਾਣ ਵਾਸਤੇ ਉਹ ਹੈਗੀਆਂ ਜੀ ਭਿੰਡੀਆਂ ਜੀਹਾਂ ਗਮਲਿਆਂ ਦੇ ਵਿੱਚ ਭਿੰਡੀਆਂ ਵੀ ਹੋ ਜਾਂਦੀਆਂ ਤੇ ਤੁਸੀਂ ਆ ਦੇਖੋ ਸਾਡੇ ਕੋਲ 10x20 10 ਇੰਚ ਦੇ ਸਾਡੇ ਕੋਲ ਇਹ ਗਰੋ ਬੈਗਸ ਨੇ ਇਹਦੇ ਵਿੱਚ ਤੁਸੀਂ ਨਤੀਜੇ ਵੇਖ ਸਕਦੇ ਹੋ ਦੇਖੋ ਦੋ ਦੋ ਚਾਰ ਚਾਰ ਭਿੰਡੀਆਂ ਸਾਡੀਆਂ ਇਹਨਾਂ ਗਮਲਿਆਂ ਦੇ ਵਿੱਚ ਹੋ ਚੁੱਕੀਆਂ ਨੇ ਤੇ ਮੇਰੇ ਖਿਆਲ ਨਾਲ ਜੇ ਤੁਹਾਡੇ ਕੋਲ 10 ਗਮਲੇ ਭਿੰਡੀਆਂ ਦੇ ਹੋਣਗੇ ਤੇ ਲਗਭਗ ਇੱਕ ਛੋਟੇ ਪਰਿਵਾਰ ਵਾਸਤੇ ਖਾਣਜੋਗ ਭਿੰਡੀਆਂ ਨਿਕਲ ਆਉਂਦੀਆਂ ਸੋ ਤੁਸੀਂ ਭਿੰਡੀਆਂ ਨੂੰ ਵੀ ਗਮਲਿਆਂ ਦੇ ਵਿੱਚ ਲਾ ਸਕਦੇ ਹੋ ਦੋਸਤੋ ਤੁਸੀਂ ਕੇਵਲ ਇੱਕ ਧਿਆਨ ਰੱਖਣਾ ਕਿ ਜਦੋਂ ਵੀ ਇਹਨਾਂ ਗਮਲਿਆਂ ਨੂੰ ਜੋ ਗਰੋ ਬੈਗਸ ਨੂੰ ਭਰਨਾ ਹੈ ਨਾ ਅਸੀਂ ਕੀ ਕਰਦੇ ਹਾਂ ਕਿ ਅਸੀਂ ਇਹਨਾਂ ਨੂੰ ਪਹਿਲਾਂ ਅੱਧੇ ਸੁੱਕੇ ਪੱਤਿਆਂ ਨਾਲ ਭਰ ਦਿੰਨੇ ਹਾਂ ਉਸ ਤੋਂ ਬਾਅਦ ਜਿਹੜਾ ਅਸੀਂ ਮਿੱਟੀ ਦਾ ਮਿਕਸਚਰ ਬਣਾਉਨੇ ਆ ਜੀ 50% ਮਿੱਟੀ ਹੁੰਦੀ ਆ ਤੇ 30% ਸੁੱਕੇ ਪੱਤੇ ਜਾਂ ਨਾਰੀਅਲ ਦਾ ਬੁਰਾਦਾ ਜਿਹਨੂੰ ਕੋਕੋ ਪੀਟ ਕਹਿੰਦੇ ਨੇ ਇਹ ਅਸੀਂ ਮਿਕਸ ਕਰਦੇ ਜਿਹਦੇ ਨਾਲ ਮਿੱਟੀ ਭੁਰਪਰੀ ਤੇ ਹੌਲੀ ਹੋ ਜਾਂਦੀ ਕਿਉਂਕਿ ਛੱਤ ਉੱਪਰ ਵਜ਼ਨ ਘੱਟ ਚਾਹੀਦਾ ਹੁੰਦਾ ਸੋ ਪਹਿਲਾਂ ਅਸੀਂ ਅੱਧਾ ਗਰੋ ਬੈਗ ਪੱਤਿਆਂ ਨਾਲ ਭਰ ਦਿੰਨੇ ਆ ਤੇ ਮਿੱਟੀ ਦਾ ਮਿਕਸਚਰ ਜਿਹੜਾ ਤੁਹਾਨੂੰ ਦੱਸਿਆ ਅ uh, 10% ਕੋਈ ਵੀ ਆਰਗੈਨਿਕ ਫਰਟੀਲਾਈਜ਼ਰ ਜਿਵੇਂ ਰੂੜੀ ਵਗੈਰਾ ਤੇ ਆਮ ਹੀ ਪਿੰਡਾਂ ਦੇ ਵਿੱਚ ਮਿਲ ਜਾਂਦੀ ਆ ਜੇ ਤੁਸੀਂ ਸ਼ਹਿਰ ਵਿੱਚ ਰਹਿੰਦੇ ਹੋ ਫਿਰ ਤੁਸੀਂ ਵਰਮੀ ਕੰਪੋਸਟ ਵੀ ਲੈ ਸਕਦੇ ਹੋ ਜਾਂ ਘਰ ਦੇ ਵਿੱਚ ਬਣਾਇਆ ਕਿਚਨ ਕੰਪੋਸਟ ਦਾ ਇਸਤੇਮਾਲ ਵੀ ਕਰ ਸਕਦੇ ਹੋ ਤੇ 10% ਤੁਸੀਂ ਇਹਦੇ ਵਿੱਚ ਰੇਤ ਰਲਾ ਸਕਦੇ ਹੋ ਦੋਸਤੋ ਇਸ ਤਰ੍ਹਾਂ ਇੱਕ ਵਧੀਆ ਮਿਸ਼ਨ ਬਣ ਜਾਂਦਾ ਹੈ ਸੋ ਨਰਸਰੀ ਤੋਂ ਜਾਂ ਬੀ ਵਾਲੀ ਦੁਕਾਨ ਤੋਂ ਵਧੀਆ ਬੀ ਲੈ ਕੇ ਆਉਣੇ ਆ ਜਾਂ ਪਨੀਰੀ ਲੈ ਕੇ ਆਣੀ ਦੋਸਤੋ ਜਿਆਦਾਤਰ ਅਸੀਂ ਪਨੀਰੀ ਦਾ ਹੀ ਇਸਤੇਮਾਲ ਕਰਦੇ ਪਨੀਰੀ ਹੀ ਲੈ ਕੇ ਆਉਣੇ ਆ ਜਿੱਥੋਂ ਸਾਨੂੰ ਵਧੀਆ ਨਤੀਜੇ ਮਿਲਦੇ ਨੇ ਲਗਾ ਲੈਣ ਤੋਂ ਬਾਅਦ ਤੁਸੀਂ ਪਹਿਲਾਂ 20 25 ਦਿਨ ਕੋਈ ਵੀ ਇਹਨੂੰ ਫਰਟੀਲਾਈਜ਼ਰ ਨਹੀਂ ਪਾਉਣਾ ਕਿਉਂਕਿ ਆਲਰੇਡੀ ਮਿੱਟੀ ਵਿੱਚ ਫਰਟੀਲਾਈਜ਼ਰ ਹੁੰਦਾ ਹੈ ਇਸ ਤੋਂ ਬਾਅਦ ਤੁਸੀਂ ਜਿਹੜਾ ਹੈ 20 25 ਦਿਨ ਤੋਂ ਬਾਅਦ ਤੁਸੀਂ ਜਿਵੇਂ ਕਿ ਫਰਟੀਲਾਈਜ਼ਰ ਮੈਂ ਦੱਸੇ ਨੇ ਤੁਹਾਨੂੰ ਦੇਸੀ ਉਹ ਤੁਸੀਂ ਐਡ ਕਰ ਸਕਦੇ ਹੋ ਹਰ 15-15 ਦਿਨ ਦੇ ਬਾਅਦ ਔਰ ਇੱਕ ਖਾਸ ਫਰਟੀਲਾਈਜ਼ਰ ਦੋਸਤੋ ਸਰੋਂ ਦੀ ਖਲ ਤੁਸੀਂ ਉਹਦਾ ਇਸਤੇਮਾਲ ਵੀ ਇਹਨਾਂ ਉੱਪਰ ਕਰ ਸਕਦੇ ਹੋ ਉਹਦਾ ਡਿਟੇਲਡ ਪ੍ਰੋਸੈਸ ਤੁਹਾਨੂੰ ਇਸੇ ਹੀ ਚੈਨਲ ਤੇ ਮਿਲ ਜਾਏਗਾ ਕਿ ਸਰੋਂ ਦੀ ਖਲ ਫਰਟੀਲਾਈਜ਼ਰ ਤੁਸੀਂ ਇਸਤੇਮਾਲ ਕਿਵੇਂ ਕਰਨਾ ਦੋਸਤੋ ਕੀੜਿਆਂ ਮਕੌੜਿਆਂ ਤੋਂ ਬਚਾਉਣ ਲਈ ਅਸੀਂ ਜਿਆਦਾਤਰ ਨਿੰਮ ਦੇ ਤੇਲ ਦਾ ਇਸਤੇਮਾਲ ਕਰਦੇ ਹਾਂ ਇੱਕ ਚਮਚ ਨਿੰਮ ਦੇ ਤੇਲ ਨੂੰ 1 ਲੀਟਰ ਪਾਣੀ ਦੇ ਵਿੱਚ ਕੁਝ 2-3 ਬੂੰਦਾ ਜੜੀਆਂ ਨੇ ਡਿਟਰਜੈਂਟ ਦੀਆਂ ਪਾ ਲੈਣੇ ਆ ਜਿਹਦੇ ਨਾਲ ਨਿੰਮ ਦਾ ਤੇਲ ਇਸ ਮਿਕਸ ਹੋ ਜਾਂਦਾ ਫਿਰ ਅਸੀਂ ਇਹਦੇ ਉੱਪਰ ਹਫਤੇ ਦੋ ਹਫਤੇ ਬਾਅਦ ਸਪਰੇਅ ਕਰਦੇ ਰਹਿਣੇ ਆ ਜੀ ਤੁਸੀਂ ਹੋਰ ਕੀ ਦੇ ਸਕਦੇ ਹੋ ਅਸੀਂ ਇਸ ਤਰ੍ਹਾਂ ਦੇ yellow glue strips ਲਗਾ ਰੱਖੇ ਨੇ ਵੇਖੋ ਜਿਹੜੇ ਨਿੱਕੇ-ਨਿੱਕੇ ਕੀੜੇ ਪਤੰਗੇ ਹੁੰਦੇ ਨੇ ਸਾਰੇ ਇੱਥੇ ਆ ਕੇ ਚਿਪਕ ਜਾਂਦੇ ਨੇ ਇਸ ਤਰ੍ਹਾਂ ਅਸੀਂ ਕਾਫੀ ਹੱਦ ਤੱਕ ਇਹਨਾਂ ਚੀਜ਼ਾਂ ਦਾ ਬਚਾਅ ਕਰ ਲਏ ਨੇ ਦੋਸਤੋ ਕਈ ਵਾਰੀ ਹੁੰਦਾ ਹੈ ਕਿ ਕੁਝ ਪੱਤਾ ਬਰੋੜ ਰੋਗ ਜਾਂ ਕੋਈ ਇਹੋ ਜਿਹੇ ਰੋਗ ਇਹਨਾਂ ਨੂੰ ਲੱਗ ਜਾਂਦੇ ਨੇ ਤੇ ਇੱਕ ਬੈਸਟ ਚੀਜ਼ ਹੈ ਕਿ ਆਪਣੇ ਪਿੰਡਾਂ ਦੇ ਵਿੱਚ ਸਾਨੂੰ ਪਾਥੀਆਂ ਦੀ ਸਵਾਹ ਜਿਹੜੀ ਆਮ ਹੀ ਮਿਲ ਜਾਂਦੀ ਹੈ ਜੇ ਨਹੀਂ ਵੀ ਹੈਗੀ ਤੁਸੀਂ ਪਾਥੀਆਂ ਲੈ ਕੇ ਸਵਾਹ ਆਪਣੇ ਘਰ ਵਿੱਚ ਹੀ ਤਿਆਰ ਕਰ ਸਕਦੇ ਹੋ ਉਹਦਾ ਇਸਤੇਮਾਲ ਵੀ ਤੁਸੀਂ ਸਵੇਰੇ ਸਵੇਰੇ ਇਹਨਾਂ ਦੇ ਉੱਪਰ ਕਰ ਸਕਦੇ ਹੋ ਕਾਫੀ ਹੱਦ ਤੱਕ ਬਿਮਾਰੀਆਂ ਤੋਂ ਇਹ ਬਚ ਜਾਣਗੇ ਸੋ ਦੋਸਤੋ ਅੱਜ ਦੀ ਵੀਡੀਓ ਵਿੱਚ ਕੇਵਲ ਇੰਨਾ ਹੀ ਕਿ ਤੁਸੀਂ ਘਰ ਵਿੱਚ ਗਮਲੇ ਦੇ ਵਿੱਚ ਕਿਹੜੇ ਕਿਹੜੀਆਂ ਸਬਜ਼ੀਆਂ ਉਗਾ ਸਕਦੇ ਹੋ ਆਪਣੇ ਪਰਿਵਾਰ ਨੂੰ ਆਰਗੈਨਿਕ ਸਬਜ਼ੀਆਂ ਖਾਣ ਵਾਸਤੇ ਦੇ ਸਕਦੇ ਹੋ ਬਣੇ ਰਾਣਾ ਜੀ ਸਾਡੇ ਨਾਲ ਇਸ ਤਰ੍ਹਾਂ ਹੀ ਅਸੀਂ ਗਾਰਡਨ ਦੇ ਉੱਪਰ ਵੀਡੀਓਜ਼ ਲੈ ਕੇ ਆਉਣੇ ਰਹਿੰਦੇ ਹਾਂ ਜੀ ਫਿਰ ਮਿਲਦੇ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ